ਹਾਂਜੀ ਬੱਚੇ, ਕੱਲ ਦੀ ਕਲਾਸ 'ਚ ਆਪਾਂ ਵਰਣਿਤ ਆਇਆ ਵਾਰਤਕ ਲੇਖ ਸਟਾਰਟ ਕੀਤਾ ਸੀ। ਉਹਦੇ ਥੋੜੇ ਜਿਹੇ ਕੁਐਸਚਨਸ ਆਪਣੇ ਰਹਿੰਦੇ ਆ, ਇੱਕ ਵਾਕ ਪ੍ਰੈਸ਼ਨਸ, ਉਹ ਆਪਾਂ ਅੱਜ ਕੰਪਲੀਟ ਕਰਦੇ ਹਾਂ। ਤੇ ਨਾਲ ਆਪਾਂ ਕਰਦੇ ਹਾਂ ਵਿਰੋਧੀ ਸ਼ਬਦ ਤੇ ਸ਼ੁੱਧ ਕਰੋਧੀ ਅਸਾਈਨਮੈਂਟ। ਤੁਹਾਡੇ ਫਸਟ ਟਰਮ ਦੇ ਵਿੱਚ ਗ੍ਰਾਮਰ ਦੇ ਤਿੰਨ ਟੌਪਿਕ ਹਨ, ਵਿਰੋਧੀ ਸ਼ਬਦ ਸ਼ੁੱਧ ਕਰੋ ਤੇ ਲਿੰਗ ਬਦਲੋ। ਹੁਣ ਮੁਹਾਵਰੇ ਜਿਹੜੇ ਨੇ ਤੁਹਾਡੇ ਉੜੇ ਤੋਂ ਹਾਏ ਤੱਕ ਸੈਕਿੰਡ ਟਰਮ ਦਾ ਸਿਲੇਬਸ ਹੈ। ਆਲਰੇਡੀ ਤੁਸੀਂ ਉੜਾ ਐੜਾ ਭਾਗ ਕਰ ਚੁੱਕੇ ਹੋ, ਪਰ ਹੁਣ ਸਾਰੇ ਹੀ ਮੁਹਾਵਰੇ ਤੁਹਾਡੇ ਸੈਕਿੰਡ ਟਰਮ ਵਿੱਚ ਹਨ, ਠੀਕ ਹੈ। ਔਰ ਕਿਰਿਆ ਤੁਹਾਡੇ ਡਿਲੀਟ ਹੋ ਚੁੱਕੀ ਹੈ ਸਿਲੇਬਸ ਚੋਂ, ਕਿਰਿਆ ਨਹੀਂ ਕਰਨੀ ਹੈ। ਵਿਸਮਿਕ ਅਗਲੀ ਟਰਮ ਚ ਹੈ, ਜਿਹੜੇ ਤੁਸੀਂ ਆਲਰੇਡੀ ਕਰ ਚੁੱਕੇ ਹੋ। ਵਿਸਮਿਕ ਮੇਰੇ ਤੋਂ ਚੈੱਕ ਕਰਵਾ ਲਓ, ਜਿਹੜਾ ਆਪਾਂ ਟੌਪਿਕ ਕਰ ਲਿਆ ਹੈ ਉਹ ਨੈਕਸਟ ਟਰਮ ਚ ਹੈ ਵਿਸਮਿਕ, ਠੀਕ ਹੈ ਬੱਚੇ। ਹੁਣ ਆਪਾਂ ਗੱਲ ਕਰੀਏ ਰੀਡਿੰਗ ਸਕਿੱਲ। ਰੀਡਿੰਗ ਸਕਿੱਲ ਤਾਂ ਆਪਾਂ ਪ੍ਰੈਕਟਿਸ ਕਰਨੀ ਹੈ। ਅਣਡਿੱਠਾ ਵਾਰਤਕ ਪੈਰਾ, ਅਣਡਿੱਠੀ ਕਾਵ ਟੁਕੜੀ, 15 ਨੰਬਰ ਦੇ ਆਣੇ ਹਨ। ਅਣਡਿੱਠਾ ਵਾਰਤਕ ਪੈਰਾ, ਅਣਡਿੱਠੀ ਕਾਵ ਟੁਕੜੀ, ਦੋ ਪੈਰੇ ਵਾਰਤਕ ਦੇ ਨੇ, 10 ਨੰਬਰ ਦੇ ਐਮਸੀਕਿਊ ਟਾਈਪ, ਔਰ ਇੱਕ ਪੈਰਾ ਅਣਡਿੱਠੀ ਕਾਵ ਟੁਕੜੀ, ਜਿਸ ਦੀ ਸਭ ਤੋਂ ਜ਼ਿਆਦਾ ਪ੍ਰੈਕਟਿਸ ਕਰਨੀ ਹੈ। ਹਰੇਕ ਵੀਕ ਦੋ ਪੈਰੇ ਕਰਨੇ ਜ਼ਰੂਰੀ ਨੇ, ਠੀਕ ਹੈ, ਜੋ ਆਪਾਂ ਨੈਕਸਟ ਕਲਾਸ ਵਿੱਚ ਵੀ ਕਰਾਂਗੇ, ਕੱਲ ਦੀ ਕਲਾਸ ਵਿੱਚ। ਉਸ ਤੋਂ ਬਾਅਦ ਆਉਂਦਾ ਤੁਹਾਡਾ ਲਿਟਰੇਚਰ, ਜਿਹੜੀ ਤੁਹਾਡੀ ਰਾਈਟਿੰਗ ਸਕਿੱਲ ਹੈ ਉਹ ਨੈਕਸਟ ਟਰਮ 'ਚ ਹੈ, ਪਰ ਆਪਾਂ ਲੇਖ ਇਸ ਟਰਮ 'ਚ ਕਰਨੇ ਹਨ ਤੁਕਾਂ ਤੇ ਆਧਾਰਿਤ। ਫੋਰ ਐਗਜ਼ਾਮਪਲ, ਮਾਂਝੀ ਤੇ ਜਗੀਤ ਹੈ, ਮਿੱਠਰ ਨੀਵੀਂ ਨਾਨਕਾ ਗੁੰਚੀਆਂ ਤੱਤ ਹੈ, ਇੱਕ ਚੁੱਪ ਸੌ ਸੋਕ, ਨਾਨਕ ਦੁਖਿਆ ਸਭ ਸੰਸਾਰ, ਉਹ ਆਪਾਂ ਹੁਣ ਕਵਰ ਕਰਾਂਗੇ। ਨੈਕਸਟ ਹੈ ਲਿਟਰੇਚਰ। ਲਿਟਰੇਚਰ ਦੇ ਵਿੱਚ ਆਪਾਂ ਸਮਾਂ ਕਵਿਤਾ ਕੀਤੀ ਹੈ, ਠੀਕ ਹੈ। ਸੈਕਿੰਡ ਕਵਿਤਾ ਕਿਹੜੀ ਕੀਤੀ ਹੈ ਦੱਸੋਗੇ? ਸਮਾਂ ਕਵਿਤਾ ਤੋਂ ਬਾਅਦ ਆਪਾਂ ਕੀਤੀ ਹੈ ਵਿਸਾਖੀ ਦਾ ਮੇਲਾ। ਇਹ ਦੋਨੋਂ ਕਵਿਤਾਵਾਂ ਤੁਹਾਡੀਆਂ ਫਸਟ ਆਉਂਦੀਆਂ ਨੇ। ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ, ਤੁਹਾਡੀ ਡਿਲੀਟ ਹੋ ਚੁੱਕੀ ਹੈ ਕਵਿਤਾ CBSE ਵੱਲੋਂ, ਜਿਹੜਾ ਨਵਾਂ ਸਿਲੇਬਸ ਆਇਆ। ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਕਰਨੀ ਨਹੀਂ ਹੈ, ਸੈਕਿੰਡ ਟਰਮ 'ਚ ਵੀ ਨਹੀਂ ਹੈ। ਔਰ ਮੌਨਧਾਰੀ ਇਕਾਂਗੀ ਵੀ ਕੱਟਿਆ ਗਿਆ, ਜਿਹੜਾ ਆਪਾਂ ਆਲਰੇਡੀ ਕਰ ਚੁੱਕੇ ਹਾਂ, ਠੀਕ ਹੈ। ਹੁਣ ਤੁਸੀਂ ਮੈਨੂੰ ਨੋਟਬੁੱਕ ਭੇਜਣੀ ਆ, ਆਪਣੇ ਪਹਿਲੇ ਵਾਲਾ ਟੌਪਿਕ ਜੋ ਤੁਸੀਂ ਸਮਾਂ ਕਵਿਤਾ ਕੀਤਾ, ਵਿਸਾਖੀ ਦਾ ਮੇਲਾ ਕੀਤਾ ਹੈ, ਉਸ ਤੋਂ ਬਾਅਦ ਆਪਾਂ ਕੀਤਾ ਹੈ ਵਹਿਮੀ ਤਾਇਆ ਤੇ ਮੁੜ ਵੇਖਿਆ ਪਿੰਡ। ਮੁੜ ਵੇਖਿਆ ਪਿੰਡ ਜਿਹੜਾ ਨਵਾਂ ਵਾਰਤਕ ਲੇਖ ਕੀਤਾ, ਉਹਦੀ ਨੋਟਬੁੱਕ ਤੁਸੀਂ ਮੈਨੂੰ ਚੈਕਿੰਗ ਲਈ ਭੇਜਣੀ ਹੈ ਬੇਟੇ। ਕਲੀਅਰ ਹੈ ਬੇਟੇ? ਤੇ ਨਾਲ ਨਾਲ ਜਿਹੜੀਆਂ ਆਪਾਂ ਅਸਾਈਨਮੈਂਟਸ ਕਰ ਰਹੇ ਹਾਂ, ਅਣਡਿੱਠੀ ਕਾਵ ਟੁਕੜੀ, ਅਣਡਿੱਠਾ ਵਾਰਤਕ ਪੈਰਾ, ਔਰ ਸ਼ੁੱਧ ਕਰੋ ਤੇ ਵਿਰੋਧੀ ਸ਼ਬਦ। ਹਾਂਜੀ ਬੇਟੇ ਪ੍ਰਤੀਕਸ਼ਾ, ਵੀ ਕੋਈ ਡਾਊਟ ਹੈ ਬੱਚੇ? ਮੈਮ ਫਿਰ ਤੋਂ ਦੱਸਿਓ ਮੈਮ, ਸਮਾਂ ਕਵਿਤਾ ਤੋਂ ਬਾਅਦ ਕਿਹੜੀ ਕਵਿਤਾ ਭੇਜਣੀ ਹੈ? ਬੇਟੇ ਵਿਸਾਖੀ ਦਾ ਮੇਲਾ ਕੀਤੀ ਹੋਈ ਹੈ, ਆਲਰੇਡੀ ਮੈਂ ਤੁਹਾਨੂੰ ਰਿਟਰਨ ਭੇਜਾਂਗੀ ਬੱਚੇ, ਰਿਟਰਨ ਸਾਰਾ ਸਿਲੇਬਸ ਲਿਖ ਕੇ ਭੇਜਾਂਗੀ ਬੇਟੇ। ਤੁਹਾਨੂੰ ਪਤਾ ਹੀ ਹੈ ਤੁਸੀਂ ਆਲਰੇਡੀ PT 1 ਚ ਕੀਤੀਆਂ ਹੋਈਆਂ ਦੋਨੋਂ ਕਵਿਤਾਵਾਂ, ਠੀਕ ਹੈ। PT 1 ਚ ਤੁਸੀਂ ਦੋਨੋਂ ਕਵਿਤਾਵਾਂ ਕੀਤੀਆਂ, ਸਿਰਫ ਇੱਕ ਨਵਾਂ ਵਾਰਤਕ ਲੇਖ ਕੀਤਾ ਹੈ ਮੁੜ ਵੇਖਿਆ ਪਿੰਡ। ਜਿਹੜੀ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹੈ ਉਹ ਹੁਣ ਡਿਲੀਟ ਹੋ ਚੁੱਕੀ ਹੈ। ਹੁਣ ਆਪਾਂ ਗੱਲ ਕਰੀਏ, ਜਿਹੜਾ ਆਪਾਂ ਚੈਪਟਰ ਕੱਲ ਸਟਾਰਟ ਕੀਤਾ ਸੀ ਮੁੜ ਵੇਖਿਆ ਪਿੰਡ ਦੇ ਕੁਐਸਚਨ ਆਨਸਰ ਜਿਹੜੇ ਰਹਿ ਗਏ ਹੈ ਉਹ ਕਰੋ ਬੇਟੇ ਨੋਟ। ਲੇਖਕ ਅਨੁਸਾਰ ਬੰਦੇ ਦਾ ਦਿਲ ਕਿਸ ਪਾਸੇ ਹੁੰਦਾ ਹੈ? ਕਿਸ ਪਾਸੇ ਹੁੰਦਾ? ਲੇਖਕ ਅਨੁਸਾਰ ਬੰਦੇ ਦਾ ਦਿਲ ਕਿਸ ਪਾਸੇ ਹੁੰਦਾ ਹੈ? ਨੋਟ ਕਰੋ ਬੇਟੇ ਕੁਐਸਚਨ ਦਾ ਆਨਸਰ, ਕੌਣ ਬੋਲੇਗਾ? ਰੇਜ ਯੂਅਰ ਹੈਂਡਸ ਆਰਿਆਨ, ਆਰਿਆਨ, ਬੰਦੇ ਦਾ ਦਿਲ ਕਿਸ ਪਾਸੇ ਹੁੰਦਾ ਹੈ? ਚਾਰਵੀ, ਯੈਸ ਬੇਟੇ, ਬੰਦੇ ਦਾ ਦਿਲ ਕਿਸ ਪਾਸੇ ਹੁੰਦਾ? ਦਿਵਿਆ, ਆਨਸਰ ਬੋਲੋ ਬੇਟੇ। ਤੁਸੀਂ ਤਾਂ ਇੱਕ ਬੱਚੇ ਨਾ ਕਲਾਸ ਰਿਸਪੋਂਸ ਨਹੀਂ ਨਾ ਦਿੰਦੇ ਤੁਹਾਡੀ ਕਲਾਸ ਦੇ ਬੱਚੇ, ਮੈਂ ਬਹੁਤ ਅਪਸੈਟ ਹੁੰਦੀ ਹਾਂ। ਯੈਸ ਬੱਚੇ ਪ੍ਰਾਚੀ, ਯੈਸ ਮੈਮ, ਖੱਬੇ ਪਾਸੇ ਹੁੰਦਾ ਹੈ। ਯੈਸ, ਖੱਬੇ ਪਾਸੇ ਹੁੰਦਾ ਹੈ। ਕਿਸੇ ਦੇ ਦਿਲ ਦੀ ਧੜਕਣ ਬੰਦ ਹੋਣ ਤੇ ਤਾਇਆ ਕਿਹੜੇ ਪਾਸੇ ਦੀ ਵੱਖੀ ਫੜ ਕੇ ਬੈਠ ਜਾਂਦਾ? ਅਗਲਾ ਕੁਐਸਚਨ, ਕਿਸੇ ਦੀ ਦਿਲ ਦੀ ਧੜਕਣ ਬੰਦ ਹੋਣ ਤੇ ਤਾਇਆ ਕਿਹੜੇ ਪਾਸੇ ਦੀ ਵੱਖੀ ਫੜ ਕੇ ਬੈਠ ਜਾਂਦਾ? ਹਾਂਜੀ ਬੇਟੇ ਬੋਲੋ, ਕਿਹੜੇ ਪਾਸੇ ਦੀ? ਸੱਜੇ ਪਾਸੇ ਦੀ ਵੱਖੀ ਫੜ ਕੇ ਬੈਠ ਜਾਂਦਾ।
ਕਿ ਆਪਾਂ ਕੱਲ ਦੀ ਕਲਾਸ ਵਿੱਚ ਕੁਐਸਚਨਸ ਰਹਿੰਦੇ ਸੀ ਆਪਣੇ 1 ਮਾਰਕ ਕੁਐਸਚਨਸ ਆਪਾਂ ਸਾਰਾ ਚੈਪਟਰ ਸਮਝਿਆ ਕਿ ਵਹਿਮੀ ਤਾਇਆ ਜਿਸ ਦਾ ਨਾਮ ਹੈ ਤਾਇਆ ਮਨਸਾ ਰਾਮ ਜਿਸ ਨੂੰ ਤਰ੍ਹਾਂ ਤਰ੍ਹਾਂ ਦੇ ਵਹਿਮ ਚਿਮੜੇ ਹੋਏ ਨੇ ਵੱਖ ਵੱਖ ਤਰ੍ਹਾਂ ਦੇ ਵਹਿਮ ਚਿਮੜੇ ਹੋਏ ਨੇ ਸ਼ੁਰੂ ਤੋਂ ਹੀ ਜਿਸ ਦੀ ਬਿਮਾਰੀ ਵਹਿਮ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਨੈਕਸਟ ਕੁਐਸਚਨ ਮਾਂਦਰੀ ਨੇ ਤਾਏ ਨੂੰ ਸੱਕੀ ਨਾ ਹੋਣ ਦੀ ਗੱਲ ਕੀਤੀ ਸਿਰ ਪੈਰ ਹੱਥ ਮੂੰਹ ਹਾਂਜੀ ਕੌਣ ਦੱਸੇਗਾ ਆਂਸਰ ਦਿਵਿਆ ਮੈਮ ਸਿਰ ਸਿਰ ਮਾਂਦਰੀ ਨੇ ਕਿਹੜੀ ਗੱਲ ਕੀਤੀ ਹੈ ਸਿਰ ਨਾ ਹੋਣ ਦੀ ਫਿਰ ਇਸ ਗੱਲ ਤੇ ਕਿਹਨੇ ਸਮਝਾਇਆ ਉਹਨੂੰ ਲੇਖਕ ਨੇ ਸਮਝਾਇਆ ਸੀ ਵਹਿਮ ਦਾ ਕੀ ਨਹੀਂ ਹੁੰਦਾ ਯੈਸ ਬੇਟੇ ਵਹਿਮ ਦੀ ਬਿਮਾਰੀ ਨਹੀਂ ਹੁੰਦੀ ਵਹਿਮ ਦਾ ਇਲਾਜ ਨਹੀਂ ਹੁੰਦਾ ਕੀ ਨਹੀਂ ਹੁੰਦਾ ਹਾਂਜੀ ਰਿਆਂਸ਼ਿਕਾ ਇਲਾਜ ਹਾਂਜੀ ਵਹਿਮ ਦਾ ਇਲਾਜ ਨਹੀਂ ਹੁੰਦਾ ਠੀਕ ਹੈ ਆਪਸ਼ਨ ਚ ਆਏਗਾ ਵਹਿਮ ਦਾ ਇਲਾਜ ਨਹੀਂ ਹੁੰਦਾ ਕਰੈਕਟ ਆਂਸਰ ਦੇਣਾ ਹੈ ਨੈਕਸਟ ਤਾਏ ਦਾ ਸਰੀਰ ਕਿਉਂ ਜਿਹਾ ਸੀ ਬਿਮਾਰ ਤਕੜਾ ਤੇ ਨਰੋਆ ਯੈਸ ਬੇਟੇ ਤਾਏ ਦਾ ਸਰੀਰ ਕਿਉਂ ਜਿਹਾ ਸੀ ਕਰਨਵੀਰ ਤਾਏ ਦਾ ਸਰੀਰ ਕਿਉਂ ਜਿਹਾ ਸੀ ਹਰਮੀਤ ਬਿਮਾਰ ਨਹੀਂ ਸੀ ਠੀਕ ਹੈ ਕਮਜ਼ੋਰ ਨਹੀਂ ਸੀ ਕਮਜ਼ੋਰ ਆਪਸ਼ਨ ਆ ਸਕਦੀ ਹੈ ਬਿਮਾਰ ਆ ਸਕਦੀ ਹੈ ਤਕੜਾ ਤੇ ਨਿਰੋਗ ਆ ਸਕਦੀ ਹੈ ਜਾਂ ਰੋਗੀ ਆਪਾਂ ਕੀ ਦੇਣੀ ਹੈ ਆਪਸ਼ਨ ਤਕੜਾ ਤੇ ਨਿਰੋਗ ਉਸਦਾ ਸਰੀਰ ਰੋਗੀ ਨਹੀਂ ਸੀ ਉਸਦਾ ਸਰੀਰ ਕਮਜ਼ੋਰ ਨਹੀਂ ਸੀ ਉਸਦਾ ਸਰੀਰ ਯੈਸ ਬੇਟੇ ਬਿਮਾਰ ਨਹੀਂ ਸੀ ਸਿਰਫ ਕੀ ਸੀ ਉਸਦਾ ਸਰੀਰ ਤਕੜਾ ਤੇ ਨਿਰੋਗ ਪਰ ਉਹਨੂੰ ਵਹਿਮ ਦੀ ਬਿਮਾਰੀ ਸੀ ਜਿਸਦਾ ਕੋਈ ਇਲਾਜ ਨਹੀਂ ਯੈਸ ਨੈਕਸਟ ਕੁਐਸਚਨ ਤਾਏ ਦੇ ਕੁੱਤੇ ਨੇ ਕਿੰਨੇ ਕੁ ਦੰਦ ਮਾਰੇ ਸਨ ਪੰਜ ਦੰਦ ਮਾਰੇ ਸੱਤ ਮਾਰੇ ਕੋਈ ਦੰਦ ਨਹੀਂ ਮਾਰਿਆ ਦੋ ਦੰਦ ਮਾਰੇ ਕਿੰਨੇ ਦੰਦ ਮਾਰੇ ਤਾਏ ਦੇ ਕੁੱਤੇ ਨੇ ਕਿੰਨੇ ਦੰਦ ਮਾਰੇ ਸਨ ਹਾਂਜੀ ਕੌਣ ਦੱਸੇਗਾ ਆਂਸਰ ਕਰਨਵੀਰ ਯੈਸ ਕੋਈ ਦੰਦ ਨਹੀਂ ਮਾਰਿਆ ਆਂਸਰ ਕੀ ਆਣਾ ਕੋਈ ਦੰਦ ਨਹੀਂ ਮਾਰਿਆ ਪਰ ਉਹਨੂੰ ਵਹਿਮ ਹੋ ਗਿਆ ਕਿ ਉਹਦੀ ਤਾਂ ਹਵਾੜ ਵੀ ਮਾੜੀ ਹੈ ਇਸ ਕਰਕੇ ਉਹਨੇ ਕਿੰਨੇ ਟੀਕੇ ਲਗਵਾਏ ਬੇਟੇ 14 ਟੀਕੇ ਲਗਵਾਏ ਨੈਕਸਟ ਕੁਐਸਚਨ ਤਾਏ ਅਨੁਸਾਰ ਸ਼ਿੰਗਾਰੂ ਹੁਰਾ ਨੇ ਬੱਕਰੀ ਦੇ ਸਿੰਘਾਂ ਨਾਲ ਕੀ ਬੰਨਿਆ ਸੀ ਤਾਏ ਅਨੁਸਾਰ ਸ਼ਿੰਗਾਰੂ ਹੁਰਾ ਨੇ ਬੱਕਰੀ ਦੇ ਸਿੰਘਾਂ ਨਾਲ ਕੀ ਬੰਨਿਆ ਸੀ ਆਟਾ ਬੰਨਿਆ ਸੀ ਛੁਰੀਆਂ ਬੰਨੀਆਂ ਸਨ ਪਲੇਟਾਂ ਬੰਨੀਆਂ ਸਨ ਬੋਲੋ ਬੱਚੇ ਘੁੰਗਰੂ ਬੰਨੇ ਸਨ ਕੀ ਛੁਰੀਆਂ ਬੰਨੀਆਂ ਸਨ ਬੱਕਰੀ ਨਾਲ ਕੀ ਬੰਨੀਆਂ ਸਨ ਛੁਰੀਆਂ ਸ਼ਿੰਗਾਰੂ ਹੋਰੀ ਕੌਣ ਸਨ ਉਸੇ ਰਿਸ਼ਤੇਦਾਰ ਸਨ ਗੁਆਂਢੀ ਸਨ ਯੈਸ ਬੇਟੇ ਮਿੱਤਰ ਸਨ ਸ਼ਿੰਗਾਰੂ ਹੋਰੀ ਕੌਣ ਸਨ ਵਹਿਮੀ ਤਾਇਆ ਜੋ ਮਨਸਾ ਰਾਮ ਹੈ ਉਸ ਨਾਲ ਸ਼ਿੰਗਾਰੂ ਹੋਰਾਂ ਦਾ ਕੀ ਰਿਸ਼ਤਾ ਉਸੇ ਰਿਸ਼ਤੇਦਾਰ ਨੇ ਉਸੇ ਤਾਏ ਦੇ ਬੱਚੇ ਨੇ ਯੈਸ ਬੇਟੇ ਗੁਆਂਢੀ ਹਨ ਮਿੱਤਰ ਦੋਸਤ ਹਨ ਕੌਣ ਨੇ ਸ਼ਿੰਗਾਰੂ ਹੋਰੀ ਯੈਸ ਬੱਚੇ ਆਂਸਰ ਬੋਲੋ ਗੁਆਂਢੀ ਗੁਆਂਢੀ ਹਨ ਵੈਰੀ ਗੁੱਡ ਕਲੀਅਰ ਹੈ ਬੱਚੇ ਹੁਣ ਇੱਦਾਂ ਦੇ ਹੀ ਤੁਹਾਨੂੰ 1 ਮਾਰਕ ਕੁਐਸਚਨਸ ਆਣੇ ਹਨ ਲੇਖਕ ਨਾਲ ਰਿਲੇਟਡ ਲੈਸਨ ਨਾਲ ਰਿਲੇਟਡ
ਜਿਹੜਾ ਹੁਣ ਥਰਸਡੇ ਨੂੰ ਤੁਹਾਡਾ ਰਿਟਨ ਟੈਸਟ ਹੋਣਾ ਗੂਗਲ ਫਾਰਮ 'ਚ ਟੈਸਟ ਆਣਾ ਤੁਸੀਂ ਉਹਦਾ ਵਿਊ ਸਕੋਰ ਵਿਦ ਨੇਮ ਮੈਨੂੰ ਸਕਰੀਨਸ਼ਾਟ ਲੈ ਕੇ ਭੇਜਣਾ ਆਪਣੇ ਪੰਜਾਬੀ ਗਰੁੱਪ ਦੇ ਵਿੱਚ ਠੀਕ ਹੈ ਕਈ ਵਾਰੀ ਨਾ ਤੁਹਾਡੇ ਉਹ ਜਿਹੜੀ ਤੁਸੀਂ ਭੇਜਦੇ ਹੋ ਤਾਂ ਕਈ ਵਾਰੀ ਸ਼ੋਅ ਨਹੀਂ ਹੁੰਦੇ ਤੁਹਾਡੇ ਨੇਮ ਇਸ ਕਰਕੇ ਤੁਸੀਂ ਆਪਣਾ ਵਿਊ ਸਕੋਰ ਦਾ ਸਕਰੀਨਸ਼ਾਟ ਲੈ ਕੇ ਜਿਹਦੇ ਵਿੱਚ ਤੁਹਾਡਾ ਨੇਮ ਵੀ ਹੋਏ ਤੁਸੀਂ ਮੈਨੂੰ ਪੰਜਾਬੀ ਗਰੁੱਪ ਦੇ ਵਿੱਚ ਭੇਜਣੇ ਹਨ ਨਾਲੇ ਅਟੈਂਡੈਂਸ ਕਲੀਅਰ ਹੋ ਜਾਏਗੀ ਬੇਟੇ ਮਨਸਾ ਰਾਮ ਨੂੰ ਸਾਰੇ ਵਹਿਮੀ ਤਾਇਆ ਕਹਿ ਕੇ ਬੁਲਾਉਂਦੇ ਸਨ ਤਾਏ ਨੇ ਹਮੇਸ਼ਾ ਮੂੰਹ ਵਿੱਚ ਥਰਮਾਮੀਟਰ ਪਾਇਆ ਹੁੰਦਾ ਸੀ ਤਾਏ ਨੇ ਬੱਚੇ ਦਾ ਸਾਬਣ ਨਾਲ ਮੂੰਹ ਕਿਵੇਂ ਧੋਤਾ ਰਗੜ ਰਗੜ ਕੇ ਧੋਤਾ ਤਾਏ ਦਾ ਪੈਰ ਕਿਸੀ ਪੂਛ ਤੇ ਬਹਿ ਗਿਆ ਸੀ ਕਿਸੀ ਪੂਛ ਤੇ ਘੋੜੇ ਦੀ ਕੁੱਤੇ ਦੀ ਬਿੱਲੀ ਦੀ ਕੁੱਤੇ ਦੀ ਪੂਛ ਤੇ ਠੀਕ ਹੈ ਤੇ ਪੈਰ ਰੱਖਿਆ ਕਿੱਥੇ ਗਿਆ ਸੀ ਘੋੜੇ ਦੀ ਲਿੱਧ ਤੇ ਡਿੱਗਿਆ ਸੀ ਸਾਨੂੰ ਡਿੱਗਿਆ ਕਿੱਥੇ ਸੀ ਉਹ ਘੋੜੇ ਦੀ ਲਿੱਧ ਤੇ ਤਾਂ ਵੀ ਉਹਨੂੰ ਵਹਿਮ ਹੋ ਗਿਆ ਸੀ ਕਿ ਉਹਦੇ ਅੰਦਰ ਇਨਫੈਕਸ਼ਨ ਹੋ ਗਈ ਹੈ ਤੇ ਇਨਫੈਕਸ਼ਨ ਨੂੰ ਦੂਰ ਕਰਨ ਲਈ ਉਹਨੇ ਕਿਹੜਾ ਟੀਕਾ ਲਗਵਾਇਆ ਟੈਟਨਸ ਆ ਉਹਦੇ ਤੇ ਉਹਨੇ ਕਿੰਨੇ ਰੁਪਏ ਦਿੱਤੇ ਸਨ 60 ਰੁਪਏ ਦਿੱਤੇ ਸਨ ਸੋ ਬੇਟੇ ਇਹਦੇ ਨਾਲ ਦੇ ਤੁਸੀਂ ਸਾਰੇ ਕੁਐਸਚਨ ਅੱਛੀ ਤਰ੍ਹਾਂ ਰਿਵਾਈਜ਼ ਕਰਨੇ ਨੇ ਗੱਲ ਕੀ ਹੈ ਕਿ ਚੈਪਟਰ ਨੂੰ ਥੋਰੋਲੀ ਰੀਡ ਕਰਨਾ ਹੈ ਇੱਕ ਇੱਕ ਲਾਈਨ ਨੂੰ ਇੱਕ ਇੱਕ ਲਾਈਨ ਚੋਂ ਜਿਹੜਾ ਜਿਹੜਾ ਕੁਐਸਚਨ ਨਿਕਲਦਾ ਉਹਨੂੰ ਅੰਡਰਲਾਈਨ ਕਰਨਾ ਤਾਂ ਤੁਸੀਂ ਆਨਸਰ ਦੇ ਪਾਓਗੇ ਹੁਣ ਆਪਾਂ ਗੱਲ ਕਰੀਏ ਸ਼ੁੱਧ ਕਰੋ ਯੈਸ ਬੇਟੇ ਆਪਣੀ ਆਪਣੀ ਨੋਟਬੁੱਕ ਨਿਕਾਲੋ ਸ਼ੁੱਧ ਕਰੋ ਦੀ ਅਸਾਈਨਮੈਂਟ ਕਰਦੇ ਹਾਂ ਯੈਸ ਬੱਚੇ ਆਪਾਂ ਆਲਰੇਡੀ ਸ਼ੁੱਧ ਕਰੋ ਕਿੱਤੇ ਵੀ ਹੋਏ ਨੇ ਪੀਟੀ 1 ਚ ਵੀ ਕਿੱਤੇ ਸੀ ਬੇਟੇ ਹੁਣ ਧਿਆਨ ਨਾਲ ਦੇਖਿਓ ਸੈਂਟੈਂਸ ਮੈਂ ਲਿਖਾਂਗੀ ਉਹਦੇ ਵਿੱਚ ਸ਼ੁੱਧ ਕਰੋ ਵੀ ਭਰਨਾ ਤੇ ਸ਼ੁੱਧ ਸ਼ਬਦ ਨੂੰ ਕਰੈਕਟ ਵੀ ਕਰਨਾ ਹੈ ਪਹਿਲਾਂ ਕੁਛ ਇੱਕ ਸ਼ੁੱਧ ਕਰੋ ਲਿਖ ਲਓ ਸ਼ੁੱਧ ਕਰੋ ਸਮਝ ਕੇ ਲਿਖਣੇ ਹਨ ਸ਼ੁੱਧ ਕਰੋ ਆਪਾਂ ਇੱਕ ਵਾਰੀ ਸਾਰੇ ਰੂਲਸ ਸਮਝ ਲੈਂਦੇ ਹਾਂ ਹਾਹੇ ਤੋਂ ਪਹਿਲਾਂ ਰੂਲਸ ਜਿਹੜੇ ਹੁੰਦੇ ਨੇ ਧਿਆਨ ਨਾਲ ਸਮਝੋ ਹਾਹੇ ਤੋਂ ਪਹਿਲਾਂ ਏ ਦੀ ਆਵਾਜ਼ ਹੋਵੇ ਤਾਂ ਪਹਿਲੇ ਅੱਖਰ ਨੂੰ ਸਿਹਾਰੀ ਹਾਹੇ ਤੋਂ ਪਹਿਲਾਂ ਦੁਲਾਵਾਂ ਹੋਣ ਤਾਂ ਹਾਹੇ ਨੂੰ ਸਿਹਾਰੀ ਹਾਹੇ ਤੋਂ ਪਹਿਲਾਂ ਯੈਸ ਬੇਟੇ ਹਾਹੇ ਤੋਂ ਪਹਿਲਾਂ ਥੋੜਾ ਹੋਵੇ ਤਾਂ ਪਹਿਲੇ ਅੱਖਰ ਨੂੰ ਔਂਕੜ ਠੀਕ ਹੈ ਹਾਹੇ ਤੋਂ ਪਹਿਲਾਂ ਕਨੋੜਾ ਹੋਵੇ ਤਾਂ ਹਾਹੇ ਨੂੰ ਔਂਕੜ ਠੀਕ ਹੈ ਬੱਚੇ ਇਹ ਤਾਂ ਸੀ ਹਾਹੇ ਨਾਲ ਰਿਲੇਟਡ ਜਿਹੜੇ ਸ਼ੁੱਧ ਕਰੋ ਦੇ ਰੂਲਸ ਨੇ ਹੁਣ ਇਸ ਤੋਂ ਇਲਾਵਾ ਆਵਾਜ਼ ਦੀ ਪਹਿਚਾਣ ਨਾਲ ਵਰਡ ਨੂੰ ਪ੍ਰੋਨਾਊਂਸ ਕਰਕੇ ਜਾਂ ਹਿੰਦੀ ਜਾਂ ਸੰਸਕ੍ਰਿਤ ਦੇ ਵਰਡ ਜਿਹੜੇ ਆਪਾਂ ਪੰਜਾਬੀ ਚ ਯੂਜ ਕਰਦੇ ਹਾਂ ਉਹਨਾਂ ਦਾ ਉਚਾਰਨ ਕਰਕੇ ਫੋਰ ਐਗਜ਼ਾਮਪਲ ਸੂਰਿਆ ਆਪਾਂ ਹਿੰਦੀ ਚ ਬੋਲਦੇ ਹਾਂ ਪਰ ਪੰਜਾਬੀ ਚ ਕੀ ਬੋਲਦੇ ਹਾਂ ਸੂਰਜ ਠੀਕ ਹੈ ਉਹ ਰੂਲਸ ਦੇ ਅਕੋਰਡਿੰਗ ਸ਼ੁੱਧ ਕਰੋ ਹੁੰਦੇ ਨੇ ਜਿਵੇਂ ਕਾਰਿਆ ਕਾਰਿਆ ਨੂੰ ਪੰਜਾਬੀ ਚ ਕੀ ਬੋਲਦੇ ਹਾਂ ਕਾਰਜ ਸਿਕਸ਼ਾ ਸਿਕਸ਼ਾ ਨੂੰ ਕੀ ਬੋਲਦੇ ਹਾਂ ਸਿੱਖਿਆ ਘਾਸ ਘਾਸ ਨੂੰ ਕੀ ਬੋਲਦੇ ਹਾਂ ਘਾਹ ਠੀਕ ਹੈ ਇਹ ਕੁਛ ਇੱਕ ਜਿਹੜੇ ਨੇ ਹਿੰਦੀ ਸੰਸਕ੍ਰਿਤ ਦੇ ਵਰਡ ਉਰਦੂ ਫਾਰਸੀ ਦੇ ਵਰਡ ਨੇ ਤੀਸ ਨੂੰ ਤੀਹ ਬੋਲਦੇ ਹਾਂ ਵੀਸ ਨੂੰ ਵੀਹ ਬੋਲਦੇ ਹਾਂ ਠੀਕ ਹੈ ਕੁਛ ਇੱਕ ਇੱਦਾਂ ਦੇ ਨੇ ਸ਼ੁੱਧ ਕਰੋ ਕੁਛ ਇੱਕ ਰੂਲਸ ਨੇ ਕਿ ਜਿਹੜੇ ਬੱਬਾ ਭੱਬੇ ਚ ਕਿਵੇਂ ਕਨਵਰਟ ਹੁੰਦਾ ਡੱਡਾ ਢੱਡੇ ਛੱਛਾ ਛੱਛੇ ਛੱਛਾ ਛੱਛੇ ਕਨਵਰਟ ਹੁੰਦਾ ਉਹਨਾਂ ਵਰਡਸ ਨੂੰ ਧਿਆਨ ਚ ਰੱਖ ਕੇ ਉਹਨਾਂ ਰੂਲਸ ਨੂੰ ਧਿਆਨ ਚ ਰੱਖ ਕੇ ਤੁਸੀਂ ਸ਼ੁੱਧ ਕਰੋ ਕਰਨੇ ਆ ਪਹਿਲਾਂ ਮੈਂ ਵਰਡਸ ਲਿਖਾਉਂਦੀ ਹਾਂ ਫਿਰ ਤੁਸੀਂ ਵਰਡਸ ਨੂੰ ਸ਼ੁੱਧ ਕਰਨਾ ਹੈ ਫਿਰ ਤੁਸੀਂ ਅਸਾਈਨਮੈਂਟ ਕਰਨੀ ਹੈ ਪਹਿਲੇ ਸਾਰੇ ਵਰਡਸ ਸ਼ੁੱਧ ਕਰਕੇ ਲਿਖ ਲਓ ਧਿਆਨ ਨਾਲ ਬੇਟੇ ਯੈਸ ਹੁਣ ਆਪਾਂ ਵਰਡਸ ਲਿਖਣੇ ਆ ਆਪਣੇ ਆਪ ਸ਼ੁੱਧ ਕਰਿਓ ਇਹ ਤੁਹਾਡੀ ਨੋਟਬੁੱਕ ਤੇ ਅਸਾਈਨਮੈਂਟ ਹੋਈ ਹੋਣੀ ਚਾਹੀਦੀ ਆ ਤੁਹਾਡੀ ਫੇਅਰ ਨੋਟਬੁੱਕ ਤੇ ਠੀਕ ਹੈ ਬੱਚੇ ਕਿਉਂਕਿ ਹੁਣ ਫੇਅਰ ਨੋਟਬੁੱਕ ਤੇ ਵਿਰੋਧੀ ਸ਼ਬਦ ਦੀ ਸ਼ੁੱਧ ਕਰੋ ਦੀ ਔਰ ਲਿੰਕ ਬਦਲੋ ਦੀ ਅਸਾਈਨਮੈਂਟ ਹੋਣੀ ਜ਼ਰੂਰੀ ਹੈ ਠੀਕ ਹੈ ਬੱਚੇ ਨਾ ਲਿਸਨ ਵਰਡ ਹੈ ਮਿਹਰਬਾਨੀ ਕਿਵੇਂ ਲਿਖੋਗੇ
ਲਾਂ ਨੂੰ ਕੱਟ ਕੇ ਮੰਮੇ ਨੂੰ ਸਿਹਾਰੀ ਪਾਓਗੇ ਮਿਹਰਬਾਨੀ। ਇਸੇ ਤਰ੍ਹਾਂ ਹੈ ਅਹਿਮ, ਆਹੇ ਤੋਂ ਪਹਿਲਾਂ ਦੁਲਾਵਾਂ ਹੋ ਗਈਆਂ, ਆਹੇ ਨੂੰ ਸਿਹਾਰੀ, ਸੁਨਹਿਰੀ, ਆਹੇ ਨੂੰ ਸਿਹਾਰੀ। ਇਸੇ ਤਰ੍ਹਾਂ ਦੇ ਵਰਡਸ ਨੇ ਕਚਹਿਰੀ, ਦੁਪਹਿਰ। ਕਈ ਵਾਰੀ ਤੁਸੀਂ ਦੂਸਰੇ ਅੱਖਰ ਨੂੰ ਪਾ ਦਿੰਦੇ ਹੋ, ਦੂਸਰੇ ਅੱਖਰ ਨੂੰ ਨਹੀਂ ਪਾਉਣਾ, ਆਹੀ ਨੂੰ ਸਿਹਾਰੀ ਪੈਣੀ ਹੈ। ਦੁਪਹਿਰ ਇੰਨਾ ਧਿਆਨ ਰੱਖਣਾ ਕਿਉਂਕਿ ਆਪਸ਼ਨ ਚ ਆਏਗਾ। ਇਹ ਦੇਖੋ ਦੁਪਹਿਰ ਲਿਖਿਆ ਹੋਇਆ, ਤੁਸੀਂ ਤਾਂ ਕਨਫਿਊਜ਼ ਹੋ ਜਾਓਗੇ। ਦੁਪਹਿਰ ਲਿਖਿਆ ਹੋਇਆ, ਦੈਨ ਦੁਪਹਿਰ ਲਿਖਿਆ, ਤੁਸੀਂ ਤਾਂ ਚੂਜ਼ ਕਰਨਾ ਹੈ। ਚਾਰ ਆਪਸ਼ਨ ਦਿੱਤੀਆਂ, ਕਰੈਕਟ ਕੀ ਹੋਈ? ਦੁਪਹਿਰ। ਇਹ ਵੀ ਰੋਂਗ ਹੋ ਗਈ, ਇਹ ਵੀ ਰੋਂਗ ਹੈ, ਇਹ ਵੀ ਰੋਂਗ ਹੈ। ਠੀਕ ਹੈ ਬੱਚੇ, ਤੁਸੀਂ ਕਰੈਕਟ ਆਪਸ਼ਨ ਦੇਖ ਕੇ ਉਹਨੂੰ ਕਰੈਕਟ ਆਪਸ਼ਨ ਨੂੰ ਟਿਕ ਕਰਨਾ ਹੈ। ਕਈ ਵਾਰੀ ਬੱਚੇ ਕਨਫਿਊਜ਼ ਹੋ ਜਾਂਦੇ ਆ ਕਿ ਇਹਦੇ ਵਿੱਚ ਕਿਹੜੀ ਮਾਤਰਾ ਆਉਣੀ ਹੈ। ਇਹਨੂੰ ਪ੍ਰੋਨਾਊਂਸ ਵੀ ਕਰਕੇ ਦੇਖੋ, ਇੱਕੋ ਜਿਹੀ ਆਵਾਜ਼ ਨਿਕਲਦੀ ਹੈ ਕਈ ਵਾਰੀ, ਪਰ ਲਿਖਣ ਨਾਲ ਹੀ ਵਾਹ ਸ਼ਬਦ ਸ਼ੁੱਧੀ ਹੁੰਦੀ ਹੈ। ਲਿਖਣ ਦੇ ਵੀ ਵਿਆਕਰਨ ਦੇ ਕੀ ਹਨ? ਕੋਈ ਨਿਯਮ ਹਨ, ਜਿਹਨਾਂ ਨਿਯਮਾਂ ਨੂੰ ਧਿਆਨ ਚ ਰੱਖ ਕੇ ਵਰਡਸ ਨੂੰ ਸ਼ੁੱਧ ਕਰੀਦਾ ਹੈ। ਨੈਕਸਟ ਵਰਡ ਇਜ਼, ਨੈਕਸਟ ਬੇਟੇ, ਨੈਕਸਟ ਲਿਖੋ। ਇਹ ਤਾਂ ਸੀ ਹਾਹੇ ਨਾਲ ਰਿਲੇਟਿਡ। ਔਰ ਹੁਣ ਦੇਖੋ, ਹਾਹੇ ਤੋਂ ਪਹਿਲਾਂ ਕਨੋੜਾ ਹੈ, ਬਿੰਦੀ ਵੀ ਪਈ ਹੋਈ ਹੈ, ਫਿਰ ਆਪਾਂ ਕੀ ਲਿਖਾਂਗੇ? ਹਾਹੇ ਨੂੰ ਔਂਕੜ, ਉੱਪਰ ਟਿੱਪੀ। ਬਿੰਦੀ ਕਿਹਦੇ ਚ ਕਨਵਰਟ ਹੋ ਜਾਏਗੀ? ਟਿੱਪੀ ਚ। ਫਾਰ ਐਗਜਾਂਪਲ ਸੌਂਗ, ਠੀਕ ਹੈ, ਨੋਂਗ, ਜਿਹੜਾ ਬਿੰਦੀ ਤੋਂ ਬਿਨਾਂ ਹੈ ਉਹ ਕਿਵੇਂ ਕਰਨਾ? ਜਿਵੇਂ ਗੋਹ, ਗੋਹ ਦਾ ਮਤਲਬ ਹੁੰਦਾ ਧਿਆਨ ਨਾਲ, ਠੀਕ ਹੈ। ਜੇ ਹੋੜਾ ਪਿਆ ਹੋਇਆ, ਮੋਹਰਲਾ, ਮੋਹਰਲਾ, ਔਂਕੜ ਆਣੀ ਹੈ। ਇਹ ਬਹੁਤ ਥੋੜੇ ਜਿਹੇ ਸ਼ਬਦ ਨੇ ਜਿਹੜੇ ਕਿ ਮੰਮੇ ਨੂੰ ਹਾਹੇ ਤੋਂ ਪਹਿਲਾਂ ਹੋੜਾ ਹੋਏ ਤਾਂ ਪਹਿਲੇ ਅੱਖਰ ਨੂੰ ਔਂਕੜ ਆਉਂਦੀ ਹੈ। ਕਲੀਅਰ ਹੈ ਬੱਚੇ? ਇਹ ਰੂਲਸ ਹੋ ਗਏ, ਹੁਣ ਆਪਾਂ ਅਗਲੇ ਚੱਲੀਏ, ਫਿਰ ਆਪਾਂ ਅਸਾਈਨਮੈਂਟ ਕਰਾਂਗੇ। ਦੋ ਤਿੰਨ ਬੱਚੇ ਨਾ ਵਿੱਚੋਂ ਲੈਫਟ ਕਰ ਗਏ, ਜੇ ਲੈਫਟ ਕਰੋਗੇ ਬੱਚੇ ਤੁਹਾਡੀ ਐਬਸੈਂਟ ਮਾਰਕ ਹੋਏਗੀ। ਇਹ ਜਿਹੜੇ ਸ਼ੁੱਧ ਕਰੋ ਨੇ, ਗਰਾਮਰ ਦੇ ਟੋਪਿਕ ਨੇ, 4-4 ਮਾਰਕਸ ਹੀ ਆਉਣੇ ਹੈ। ਇਹਨਾਂ ਨੂੰ ਬੜੀ ਬਰੀਕੀ ਦੇ ਨਾਲ ਸਮਝ ਕੇ ਕਰਨਾ ਪੈਣਾ। ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਇਹਨਾਂ ਨੂੰ ਇਗਨੋਰ ਕਰ ਦਿਓ। ਹੁਣ ਦੇਖੋ, ਡੈਸ਼ ਦੀ ਬਰਬਾਦੀ ਨਾ ਕਰੋ। ਆਪਸ਼ਨ ਇਸ, ਹੁਣ ਤੁਸੀਂ ਆਪਸ਼ਨ ਨਾਲ ਭਰਨੇ ਹਨ, ਪੂਰਾ ਆਪਸ਼ਨ, ਸਮਾਂ, ਐੜਾ ਆਪਸ਼ਨ, ਸਮੇਂ, ਕਿਹੜੀ ਆਪਸ਼ਨ, ਸਮੇਂ, ਸੱਸਾ ਆਪਸ਼ਨ, ਸਮੇਂ। ਹਾਂਜੀ, ਕਰੈਕਟ ਕੀ ਹੋਏਗਾ? ਰੇਜ਼ ਯੋਰ ਹੈਂਡ ਸੈਂਟੈਂਸ ਦੇ ਅਕੋਰਡਿੰਗ। ਵੈਸੇ ਸਮਾਂ ਵੀ ਠੀਕ ਹੈ ਸੈਂਟੈਂਸ ਦੇ ਅਕੋਰਡਿੰਗ। ਸਿਰਫ ਤਿੰਨ ਬੱਚੇ ਹੀ ਆ ਜਿਹੜੇ ਹਮੇਸ਼ਾ ਕਲਾਸ ਪਾਰਟੀਸਪੇਸ਼ਨ ਦਿੰਦੇ ਆ, ਮੈਨੂੰ ਬੋਇਸ ਸਾਈਡ ਵੱਲੋਂ ਕੋਈ ਰਿਸਪੋਂਸ ਨਹੀਂ ਆਉਂਦਾ। ਬ੍ਰਿਜੇਸ਼, ਬ੍ਰਿਜੇਸ਼, ਬੱਚੇ ਆਂਸਰ ਬੋਲੋ। ਆਰਿਅਨ, ਆਰਿਅਨ, ਵੈਰੀ ਗੁੱਡ, ਆਰਿਅਨ ਆਂਸਰ ਦਿਓ ਬੱਚੇ। ਆਰਿਅਨ, ਹਾਂਜੀ ਬੇਟੇ, ਆਰਿਅਨ, ਬੱਚੇ ਤੁਹਾਡੀ ਆਵਾਜ਼ ਨਹੀਂ ਆ ਰਹੀ ਬੇਟੇ। ਆਰਿਅਨ, ਆਵਾਜ਼ ਨਹੀਂ ਹੈ ਬੇਟੇ। ਰਿਅੰਸ਼ਿਕਾ, ਰਿਅੰਸ਼ਿਕਾ, ਫਸਟ ਆਪਸ਼ਨ, ਯੈਸ, ਫਸਟ ਆਪਸ਼ਨ, ਫਸਟ ਆਪਸ਼ਨ, ਸਮਾਂ ਹੈ, ਸਮਾਂ ਦੀ ਬਰਬਾਦੀ ਨਾ ਕਰੋ। ਨਹੀਂ ਹੈ, ਇੱਥੇ ਦਾ ਦੀ ਆ ਗਿਆ, ਸੰਬੰਧਕ ਆ ਗਿਆ ਬੇਟੇ। ਜਦੋਂ ਸੰਬੰਧਕ ਆ ਜਾਏ ਤਾਂ ਸਮੇਂ ਆਉਣਾ ਹੈ। ਸਮਾਂ ਬਿਲਕੁਲ ਕਰੈਕਟ ਹੈ, ਪਰ ਸਮਾਂ ਦੇ ਨਾਲ ਸੈਂਟੈਂਸ ਰੋਂਗ ਬਣ ਗਿਆ। ਹੁਣ ਦੇਖੋ, ਹੋ ਗਈ ਨਾ ਗਲਤੀ ਤੁਹਾਡੇ ਤੋਂ। ਵੈਸੇ ਸਮਾਂ ਵੀ ਸਹੀ ਵਰਡ ਹੈ, ਪਰ ਇੱਥੇ ਸੰਬੰਧਕ ਆ ਗਿਆ, ਸੰਬੰਧਕ ਨਾਲ ਸਮਾਂ ਵਰਡ ਨਹੀਂ ਆਉਣਾ, ਸਮੇਂ ਵਰਡ ਆਉਣਾ ਹੈ। ਜਿਵੇਂ ਆਪਾਂ ਐਸੇ ਦੇ ਟਾਈਟਲ ਦਿੰਦੇ ਹਾਂ, ਸਮੇਂ ਦੀ ਮਹਾਨਤਾ, ਸਮਾਂ ਦੀ ਮਹਾਨਤਾ ਥੋੜੀ ਹੈ। ਸਮਝ ਆ ਗਈ ਬੱਚੇ? ਇੱਥੇ ਹੋ ਗਈ ਨਾ ਬੱਚੇ ਗਲਤੀ, ਸਮੇਂ ਦੀ ਬਰਬਾਦੀ ਨਾ ਕਰੋ। ਸਮਝ ਆਈ ਕਿਸ ਤਰ੍ਹਾਂ ਕਰਨੀ ਹੈ ਸੈਂਟੈਂਸ ਦੇ ਵਿੱਚ?
ਸਮਾ ਵਰਡ ਬਿਲਕੁਲ ਸਹੀ ਸੀ ਪਰ ਜੇ ਉਹ ਸ਼ਬਦਾਂ ਵਿੱਚ ਆਉਂਦਾ ਜੇ ਆਪਾਂ ਸ਼ਬਦ ਨੂੰ ਸ਼ੁੱਧ ਕਰਨਾ ਹੈ ਜੇ ਕੁਐਸਚਨ ਆਉਂਦਾ ਡੈਸ਼ ਬਹੁਤ ਕੀਮਤੀ ਹੈ ਫਿਰ ਕੀ ਆਉਣਾ ਸੀ ਬੇਟੇ ਚਲੋ ਹੁਣ ਇੱਕ ਆਪਸ਼ਨ ਹੈ ਡੈਸ਼ ਬਹੁਤ ਕੀਮਤੀ ਹੈ ਹੁਣ ਇੱਥੇ ਆਪਸ਼ਨ ਦਿੱਤੀ ਸਮਾਂ ਸਮੇਂ ਸੇਮ ਆਪਸ਼ਨ ਸਮੇਂ ਹਾਂਜੀ ਹੁਣ ਕੀ ਆਉਣਾ ਸੀ ਹਾਂਜੀ ਜੀ ਹਾਂ ਹੁਣ ਕਿਹੜੀ ਆਪਸ਼ਨ ਆਣੀ ਸੀ ਬੇਟੇ ਮੈਮ ਫਰਸਟ ਆਪਸ਼ਨ ਸਮਾਂ ਬਹੁਤ ਕੀਮਤੀ ਹੈ ਬਸ ਇਹੀ ਫਰਕ ਹੈ ਇਸ ਕਰਕੇ ਬੜਾ ਧਿਆਨ ਨਾਲ ਕਰਨਾ ਪੈਣਾ ਜਦੋਂ ਸੰਬੰਧਕ ਆ ਗਿਆ ਤਾਂ ਆਵਾਜ਼ ਚੇਂਜ ਹੋ ਜਾਣੀ ਹੈ ਸੰਬੰਧਕ ਵੀ ਦਾ ਦੇ ਦੀ ਆ ਗਿਆ ਜਿਵੇਂ ਆਪਾਂ ਐਸੇ ਦੇ ਟਾਈਟਲ ਕਰਦੇ ਹਾਂ ਸਮੇਂ ਦੀ ਕਦਰ ਸਮੇਂ ਦੀ ਬਰਬਾਦੀ ਫਿਰ ਸਮੇਂ ਆਉਣਾ ਹੈ ਠੀਕ ਹੈ ਵੈਸੇ ਵਿਦਾਊਟ ਸੰਬੰਧਕ ਹੈ ਤਾਂ ਸਮਾਂ ਬਹੁਤ ਕੀਮਤੀ ਹੈ ਇਹਨਾਂ ਗੱਲਾਂ ਨੂੰ ਧਿਆਨ ਚ ਰੱਖ ਕੇ ਤੁਸੀਂ ਕਰੈਕਟ ਆਪਸ਼ਨ ਚੂਜ਼ ਕਰਨੀ ਹੈ ਸਮਝ ਆ ਗਈ ਬੇਟੇ ਹੁਣ ਦੋਨੋ ਸੈਂਟੈਂਸ ਲਿਖ ਲਓ ਤੁਹਾਨੂੰ ਫਰਕ ਪਤਾ ਚੱਲੇਗਾ ਵੇਰੀਏਸ਼ਨ ਕਿੱਥੇ ਹੈ ਸ਼ੁੱਧ ਕਰੋ ਦੀ ਨੈਕਸਟ ਸੈਂਟੈਂਸ ਆਪਸ਼ਨ ਸੇਮ ਸੀਗੀਆਂ ਬੇਟੇ ਨੈਕਸਟ ਆਪਸ਼ਨ ਹੈ ਨੈਕਸਟ ਕੁਐਸਚਨ ਦੀਪਕ ਲਾਈਕ ਮੁੰਡਾ ਹੈ ਹੁਣ ਆਪਸ਼ਨ ਭਰਨੀ ਹੈ ਲੈਕ ਲਾਈਕ ਥਰਡ ਆਪਸ਼ਨ ਇਸ ਲੇਕ ਸੱਸਾ ਆਪਸ਼ਨ ਇਸ ਲੇਕ ਹਾਂਜੀ ਕਿਹੜੀ ਆਪਸ਼ਨ ਆਏਗੀ ਕਰੈਕਟ ਹਰਮੀਤ ਆਪਸ਼ਨ ਕਰੈਕਟ ਬੋਲੋ ਬੇਟੇ ਐੜਾ ਆਪਸ਼ਨ ਕਰੈਕਟ ਹੈ ਲਾਈਕ ਮੁੰਡਾ ਹੈ ਆਪਣੇ ਆਪ ਪਤਾ ਚੱਲੇਗਾ ਜੇ ਤੁਸੀਂ ਸ਼ੁੱਧ ਕਰੋ ਅੱਛੀ ਤਰ੍ਹਾਂ ਕਿੱਤੇ ਹੋਏ ਹਨ ਨੈਕਸਟ ਅਗਲਾ ਕੁਐਸਚਨ ਥਰਡ ਕੁਐਸਚਨ ਤੁਹਾਡੇ ਕੋਲ ਪੈਸੇ ਤੋਂ ਕੀ ਹੈ ਕਰੈਕਟ ਆਪਸ਼ਨ ਭਰੋ ਊੜਾ ਭਾਗ ਊੜਾ ਭਾਗ ਇਲਾਵਾ ਐੜਾ ਭਾਗ ਇਲਾਵਾ ਈੜੀ ਭਾਗ ਇਕਲਾਵਾ ਸੱਸਾ ਭਾਗ ਇਲਾਵਾ ਹਾਂਜੀ ਕਰੈਕਟ ਆਪਸ਼ਨ ਧੈਰਿਆ ਯੈਸ ਬੱਚੇ ਧੈਰਿਆ ਮੈਮ ਊੜਾ ਪਾਠ ਊੜਾ ਪਾਠ ਇਲਾਵਾ ਯੈਸ ਇਲਾਵਾ ਤੁਹਾਡੇ ਕੋਲ ਪੈਸੇ ਤੋਂ ਇਲਾਵਾ ਕੀ ਹੈ ਇਲਾਵਾ ਆਣਾ ਹੈ ਜਦੋਂ ਵੀ ਐੜਾ ਹੋਏਗਾ ਐੜੇ ਨੂੰ ਜਦੋਂ ਕਨਵਰਟ ਕਰਨਾ ਹੈ ਈੜੀ ਨੂੰ ਸਿਹਾਰੀ ਚ ਕਨਵਰਟ ਹੁੰਦਾ ਹੁਣ ਇਹਦੇ ਨਾਲ ਦੇ ਪੰਜ ਸੱਤ ਵਰਡਸ ਲਿਖੋ ਪਹਿਲੇ ਐੜੇ ਤੇ ਈੜੀ ਦੇ ਬਦਲਣ ਵਾਲੇ ਵਰਡਸ ਜਿੱਥੇ ਵੀ ਐੜਾ ਹੋਏਗਾ ਉਹ ਈੜੀ ਵਿੱਚ ਕਨਵਰਟ ਹੁੰਦਾ ਹੈ ਨੋਟ ਕਰੋ ਬੇਟੇ ਹੁਣ ਸ਼ਬਦ ਲਿਖੋ ਇਲਾਵਾ ਇਲਾਵਾ ਇੱਕ ਇੱਕ ਠੀਕ ਹੈ ਇਕੱਤਰ ਇਕੱਤਰ ਇਕੱਠ ਇਕੱਠ ਸੇਮ ਇਸੇ ਤਰ੍ਹਾਂ ਹੀ ਲਿਖਣਾ ਇਕੱਠ ਇਕੱਠ ਇਨਸਾਨ ਇਨਸਾਨ ਇਜਾਜ਼ਤ ਇਜਾਜ਼ਤ ਠੀਕ ਹੈ ਬੱਚੇ ਇਸ ਕਲੀਅਰ ਹੋ ਗਿਆ ਬੱਚੇ ਬੋਲੋ ਬੇਟੇ ਇੱਥੋਂ ਤੱਕ ਸਭ ਨੂੰ ਕਲੀਅਰ ਹੈ ਇੰਨੇ ਰੂਲਸ ਕਲੀਅਰ ਹੋ ਗਏ ਬੱਚੇ ਹੁਣ ਨੈਕਸਟ ਚਲੋ ਨੈਕਸਟ ਵਨ ਇਸ ਸਭ ਬੱਚਿਆਂ ਨੇ ਨੋਟ ਕਰ ਲਏ ਬੱਚੇ ਐੜੇ ਨੂੰ ਈੜੀ ਚ ਕਨਵਰਟ ਕਰਨਾ ਹੈ ਨੈਕਸਟ ਲਿਖੋ ਊੜੇ ਨੂੰ ਔਂਕੜ ਹੋਏ ਤਾਂ ਪਹਿਲੇ ਅੱਖਰ ਤੇ
कनोड़ा दी मात्रा पैंदी है। कनोड़ा दी मात्रा बहुत सारे वर्ड्स ने, फॉर एग्जांपल कौन कौन, हुण इहदे नाल दे बाकी तुसी आप करने ने, मैं वर्ड्स लिखदी हां। औकड़, जिथे भी उड़े नूं औकड़ होएगी पहले अक्षर ते कनोड़ा पैना है उड़े नूं औकड़ हटा के, ठीक है बच्चे, उड़े नूं औकड़ रिमूव करके पहले अक्षर ते कनोड़े दी मात्रा पैंदी है। फॉर एग्जाम्पल सोना, देन मौज, मौत, नेक्स्ट वन इज ओगन, ठीक है बच्चे, नेक्स्ट वन इज कौन, नेक्स्ट सौदा, औखा, इना सारे वर्ड्स नूं बेटे करो की आएगा, औकड़ पहले अक्षर ते कनोड़ा, सोना अगे मौज कनोड़े नाल, मौत भी कनोड़े नाल, देन औगुन दे विच गगे नूं औकड़ भी पेगा, पौन सौदा औखा। ये सारे वर्ड्स ध्यान नाल याद कर लो कि जिथे भी उड़े नूं औकड़ होएगा पहले अक्षर ते कनोड़ा पैंदा है। क्लियर बच्चे? हाँ, जे उल्टा आ जाए कनोड़ा पिया होया तां उड़े नूं औकड़ पैंदा अगले अक्षर ते। फॉर एग्जाम्पल बुलाउंदा, किवें पावांगे आपां बुलाउंदा, आदि मात्रा भी पैनी है उड़े नूं औकड़ भी बिंदी भी, ठीक है बच्चे, क्लियर है, समझ आ गई बेटे? पौंदा, पौंदा, फॉलो माई पॉइंट बच्चे, उड़े नूं औकड़ है तो पहले अक्षर ते कनोड़ा, जे कनोड़ा है तो कनोड़े नूं रिमूव करके अगले अगला अक्षर उड़े नूं औकड़ आना है। नेक्स्ट, हुण आपां करिए असाइनमेंट करते हैं, फिर तीन चार क्वेश्चंस, क्वेश्चन है बेटे दुकान तो की डैश है, हुण देखो ऑप्शन लियोना, इहदे अकॉर्डिंग ही है जिवें उड़े नूं औकड़ आना है कि ऐड़े ते कनोड़ा आना, देखो केड़ी ऑप्शन आएगी, दुकान तो की लियाना है, पहले प्रनाउंस करो, यस बेटे, केड़ी ऑप्शन करेक्ट है, कौन दसेगा? जेडे बच्चे लेफ्ट कर गए ना उन्होंने एबसेंट मार्क होगी, 24 स्टूडेंट्स रह गए बेटे, देखो आंसर बोलो बेटे, केड़ी ऑप्शन करेक्ट होएगी? हाँ जी बेटे दिव्या, मैम ईडी पार्ट, ईडी पार्ट करेक्ट है, क्योंकि जिथे एड़े ते कनोड़ा आपा किता तो उड़े नू औकड़ आना है, और प्रनाउंस करके देखो उस वर्ड दी उच्चारण देखो, लियाउणा लल्ले नू सियारी, एड़े नू कन्ना, उड़े नू औकड़, अनाने नू कन्ना, करेक्ट बेटे? नेक्स्ट, नेक्स्ट क्वेश्चन, ये सारे क्वेश्चन अपनी फेयर नोटबुक से करने ने। नेक्स्ट क्वेश्चन है, कल दी क्लास च आपां विरोधी शब्द करांगे और एक अणडिठी काव्य टुकड़ी करांगे बेटे, अणडिठी काव्य टुकड़ी तो हरेक वीक होनी जरूरी है। नेक्स्ट क्वेश्चन, सिख धर्म दे मोढ़ी गुरु नानक देव जी हन, ऑप्शन इज डड्डा आना है, टड्डा आना है, एड़ा और डड्डे नु बिहारी आनी है,
ਮੋਢੀ ਸੋਰੀ ਮੋਢੀ ਮੋਢੀ ਹਾਂਜੀ ਕਿਹੜੀ ਆਪਸ਼ਨ ਠੀਕ ਹੈ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਹੋਏ ਹਨ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਸਨ ਕਰੈਕਟ ਆਪਸ਼ਨ ਦੱਸੋ ਬੱਚੇ ਰਿਸ਼ੀਕੇਸ਼ ਟਰਾਈ ਕਰੋ ਬੇਟੇ ਲੀਜ਼ਾ ਪਰਮੀਤ ਹਾਂਜੀ ਬੇਟੇ ਪਰਮੀਤ ਆਂਸਰ ਬੋਲੋ ਕਿਹੜੀ ਆਪਸ਼ਨ ਕਰੈਕਟ ਹੋਏਗੀ ਬੱਚੇ ਸ਼ੁੱਧ ਗੁਰੂ ਤਾਂ ਤੁਹਾਨੂੰ ਸਭ ਨੂੰ ਆਉਣੇ ਚਾਹੀਦੇ ਆ ਤੁਸੀਂ ਜੂਨੀਅਰ ਕਲਾਸਿਸ ਤੋਂ ਕਰਦੇ ਆ ਰਹੇ ਹੋ ਕਿਹੜੀ ਕਰੈਕਟ ਆਪਸ਼ਨ ਹੋਏਗੀ ਸੱਸਾ ਪਾਦ ਠੀਕ ਹੈ ਬੱਚੇ ਬਾਕੀ ਆਪਾਂ ਨੈਕਸਟ ਕਲਾਸ ਕੱਲ੍ਹ ਦੀ ਕਲਾਸ ਕਰਾਂਗੇ ਇਹਦੇ ਬੇਸ ਤੇ ਤੁਹਾਡਾ ਟੈਸਟ ਹੋਣਾ ਧਿਆਨ ਨਾਲ ਰੀਡਿੰਗ ਕਰਿਆ ਕਰੋ ਰੀਡਿੰਗ ਨਾਲ ਤੁਹਾਡੀ ਵੋਕੈਬਲਰੀ ਜਿਹੜੀ ਹੈ ਵਾਸਟ ਹੋਣੀ ਹੈ ਸ਼ੁੱਧ ਕਰੋ ਆਉਣੇ ਹਨ ਥੈਂਕ ਯੂ ਸੋ ਮਚ